पर सिर्फ चीमा साहब ना गल करिए, चीमा साहब एक एक ट्वीट किया गया अज मुख्यमंत्री जी वालों, उन्होंने कहा कि मैं पंजाब आ रहा, ये पंजाब अज की गल कर रहे हैं कि आ रहे हैं कि 2022 लिए कह रहे हैं? ਉਹਨਾਂ ਨੇ ਉਸ ਟਵੀਟ ਚ ਗੱਲ ਕੀਤੀ ਉਹ ਅੱਜ ਦੀ ਗੱਲ ਕੀਤੀ ਹੈ ਕਿ ਅੱਜ ਨਹੀਂ ਸਵੇਰ ਅੱਜ ਦੀ ਗੱਲ ਕੀਤੀ ਹੈ ਕਿਉਂਕਿ ਬਜ਼ਮ ਜੇਕਰ ਗੱਲ ਕਰੀਏ ਵਿਰੋਧੀ ਧਿਰਾਂ ਦੀ, ਵਿਰੋਧੀ ਧਿਰ ਇਹ ਕਹਿ ਰਿਹਾ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਚਾਹੇ ਪੰਜਾਬ ਕਾਂਗਰਸ ਹੈ, ਉਹ ਇਹ ਗੱਲ ਕਹਿ ਰਹੀ ਹੈ ਕਿ ਜੋ ਅਰਵਿੰਦ ਕੇਜਰੀਵਾਲ ਦੇ ਹੱਥੋਂ ਹੁਣ ਦਿੱਲੀ ਦੀਆਂ ਪਾਵਰਾਂ ਖੋਲੀਆਂ ਗਈਆਂ ਨੇ, ਘੱਟ ਕਰ ਦਿੱਤੀਆਂ ਗਈਆਂ ਨੇ, ਇਸ ਕਰਕੇ ਹੁਣ ਪੰਜਾਬ ਵੱਲ ਰੁਖ ਕੀਤਾ ਜਾ ਰਿਹਾ ਅਰਵਿੰਦ ਕੇਜਰੀਵਾਲ ਵੱਲੋਂ, ਕਿਉਂਕਿ ਆਪੋਜੀਸ਼ਨ ਪਾਰਟੀਆਂ ਕਹਿ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਹੱਥੋਂ ਜਿਹੜਾ ਹੈ ਉਹ ਦਿੱਲੀ ਨਿਕਲ ਰਹੀ ਹੈ ਤੇ ਹੁਣ ਪੰਜਾਬ ਵੱਲ ਰੁਕ ਕਰ ਰਹੇ ਨੇ, ਇਹ ਜਿਹੜਾ ਹੈ ਉਹ ਜਿੰਨੀ ਵੀ ਆਪੋਜੀਸ਼ਨ ਪਾਰਟੀਆਂ ਨੇ ਉਹ ਕਹਿ ਰਹੀਆਂ ਨੇ। ਜਿਹੜੀਆਂ ਮਰਜ਼ੀ ਆਪੋਜੀਸ਼ਨ ਪਾਰਟੀ ਜੋ ਕੁਛ ਮਰਜ਼ੀ ਕਹੀ ਜਾਣ, ਸਭ ਨੂੰ ਪਤਾ ਹੈਗਾ ਕਿ ਦਿੱਲੀ ਦੇ ਵਿੱਚੋਂ ਸਾਰੀਆਂ ਆਪੋਜੀਸ਼ਨ ਪਾਰਟੀਆਂ ਦਾ ਸਫਾਇਆ ਹੈਗਾ, ਉੱਥੇ ਇਕੱਲੇ ਅਰਵਿੰਦ ਕੇਜਰੀਵਾਲ ਜੀ ਨੇ ਜਿਹੜੇ ਕਿ ਲਗਾਤਾਰ 3 ਵਾਰ ਮੁੱਖ ਮੰਤਰੀ ਬਣੇ ਨੇਗੇ, ਉਹ ਜਿਹੜੇ ਉਹ ਵਿਰੋਧੀ ਨੇ ਉਹਨਾਂ ਵਿਰੋਧੀ ਪਾਰਟੀਆਂ ਦਾ, ਉੱਥੇ ਕਾਂਗਰਸ 0 ਆ, ਬੀਜੇਪੀ 0 ਆ, ਇਹਨਾਂ ਸਾਰੀਆਂ ਦਾ 0 ਤੇ ਕਰਨ ਲਈ ਅੱਜ ਪੰਜਾਬ 'ਚ ਆ ਰਹੇ ਨੇ। ਸਾਰਿਆਂ ਨੂੰ 0 ਜਿਸ ਤਰੀਕੇ ਨਾਲ ਦਿੱਲੀ 'ਚ ਕੀਤਾ, ਉਸੇ ਤਰੀਕੇ ਨਾਲ 0 ਜਿਹੜਾ ਹੈ ਉਹ ਕਰਨ ਲਈ ਪੰਜਾਬ 'ਚ ਆ ਰਹੇ ਨੇ, ਇਸ ਕਰਕੇ ਵੱਡੇ ਐਲਾਨ ਕਰ ਰਹੇ ਨੇ। ਅਤੇ ਤੁਹਾਨੂੰ ਦੱਸ ਦਈਏ ਕਿ ਅਸੀਂ ਰਸਤੇ 'ਚੋਂ ਵਾਪਸ ਆ ਰਹੇ ਸੀ, ਇੱਥੇ ਏਅਰਪੋਰਟ ਵਾਲੇ ਪਾਸੇ ਹਰ ਪਾਸੇ ਜਿਹੜੇ ਪੋਸਟਰ ਲਾਏ ਗਏ ਨੇ ਅਤੇ ਪੋਸਟਰ 'ਚ ਲਿਖਿਆ ਗਿਆ ਗਰੰਟੀ ਪੰਜਾਬ ਨੂੰ ਦੇਣ ਜਾ ਰਹੇ ਨੇ, ਗਰੰਟੀ ਯਾਨੀ ਜਿਹੜੇ ਐਲਾਨ ਕੀਤੇ ਜਾਣਗੇ ਉਹਨੂੰ ਗਰੰਟੀ ਦੇ ਤੌਰ 'ਤੇ ਕਿਹਾ ਜਾ ਰਿਹਾ, ਯਾਨੀ ਜੇ ਵੋਟ ਪੈਂਦੀ ਹੈ ਆਮ ਆਦਮੀ ਪਾਰਟੀ ਨੂੰ, ਸਰਕਾਰ ਬਣਦੀ ਹੈ ਤਾਂ ਗਰੰਟੀ ਦਿੱਤੀ ਜਾ ਰਹੀ ਹੈ ਕਿ ਜਿਹੜੇ ਵੀ ਵਾਅਦੇ ਕਰਾਂਗੇ ਉਹ ਪੂਰੇ ਕਰਕੇ ਦਿਖਾਵਾਂਗੇ। ਇਸ ਤਰੀਕੇ ਨਾਲ ਜਿਹੜਾ ਹੈ ਉਹ ਇੱਕ ਟੈਗਲਾਈਨ ਜ਼ਰੂਰ ਦਿੱਤੀ ਗਈ ਹੈ, ਜਿੰਨਾ ਵੀ ਜਿਹੜਾ ਏਅਰਪੋਰਟ ਰੋਡ ਹੈ, ਜਿੰਨਾ ਵੀ ਰਸਤਾ ਹੈ, 2 ਤੋਂ 3 ਕਿਲੋਮੀਟਰ ਤੱਕ ਇਸੇ ਤਰੀਕੇ ਨਾਲ ਪੋਸਟਰ ਲਾਏ ਹੋਏ ਨੇ ਜਿੱਥੇ ਵੈਲਕਮ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾ ਰਿਹਾ, ਪਰ ਨਾਲ ਦੇ ਨਾਲ ਗਰੰਟੀ ਦੇ ਤੌਰ 'ਤੇ ਲਿਖਿਆ ਜਾ ਰਿਹਾ ਕਿ ਅੱਜ ਜਿਹੜੀ ਹੈ ਉਹ ਗਰੰਟੀ ਦੇਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਥੇ ਪਹੁੰਚ ਰਹੇ ਨੇ।